ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨਾਂ ਦੀ ਇਕੱਤਰਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਦਿੱਲੀ 'ਚ ਕੀ ਪ੍ਰੋਗਰਾਮ ਹੋਣੇ ਚਾਹੀਦੇ ਨੇ ਔਰ ਇਸ ਦੇ ਨਾਲ ਨਾਲ ਦਿੱਲੀ ਅੰਦਰ ਅਗਲੇ ਇੱਕ ਸਾਲ 'ਚ ਕੀ ਕੀ ਪ੍ਰਮੁੱਖ ਤੌਰ 'ਤੇ ਪ੍ਰੋਗਰਾਮ ਰਹਿਣਗੇ ਇਸ ਦੀ ਚਰਚਾ ਵਿਚਾਰਾਂ ਹੋਈਆਂ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ 550 ਸਾਲਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਜਿਹੜੇ ਵੱਡੇ ਮੁੱਖ ਤੌਰ 'ਤੇ ਪ੍ਰੋਗਰਾਮ ਉਲੀਕੇ ਨੇ ਮੈਂ ਉਸਦੀ ਆਪ ਨੂੰ ਜਾਣਕਾਰੀ ਦੇ ਰਿਹਾ। ਇੱਕ ਯਾਤਰਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਦੇ ਅੰਦਰ ਦਿੱਲੀ ਤੋਂ ਪੰਜਾਬ ਹੁੰਦੇ ਹੋਏ ਸ਼੍ਰੀ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਜਾਊਗੀ, ਜਿਸ ਦੀ ਕੇਂਦਰ ਸਰਕਾਰ ਨੇ ਸਾਨੂੰ ਮਨਜ਼ੂਰੀ ਦਿੱਤੀ ਔਰ ਉਸਦੀ ਛੱਡ ਪੁੱਛ ਵਾਲੀ ਜਾਣਕਾਰੀਆਂ ਮੰਗੀਆਂ ਨੇ। ਪਰਸੋਂ ਸਾਡਾ ਡੈਲੀਗੇਸ਼ਨ ਬਾਕੀ ਜਿਹੜੇ ਉੱਚ ਪੱਧਰੀ ਐਕਸਟਰਨਲ ਅਫੇਅਰ ਮਨਿਸਟਰੀ ਔਰ ਹੋਰ ਅਹੁਦੇਦਾਰ ਹੋਰ ਮਨਿਸਟਰ ਸਾਹਿਬਾਨ ਨੇ ਉਹਨਾਂ ਨੂੰ ਮਿਲੇਗਾ ਔਰ ਇਸ ਦੇ ਉੱਤੇ ਸਾਰੀ ਚਰਚਾ ਵਿਚਾਰ ਕਰੇਗਾ। ਇਸ ਦੀ ਡੇਟ ਅਸੀਂ ਟੈਂਟਿਵਲੀ ਨਵੰਬਰ ਉਹਨਾਂ ਨੂੰ ਭੇਜ ਚੁੱਕੇ ਹਾਂ, ਲੇਕਿਨ ਅਜੇ ਕਨਫਰਮ ਇਸ ਦੀ ਡੇਟ ਉਹਨਾਂ ਵੱਲੋਂ ਆਊਗੀ। ਕਿੰਨੇ ਲੋਕ ਆਉਣਗੇ, ਅਸੀਂ 550 ਲੋਕਾਂ ਦੀ ਮੰਗ ਕੀਤੀ ਹੈ ਜਾਣ। ਉੱਥੇ ਰਾਤ ਉੱਥੇ ਨਨਕਾਣਾ ਸਾਹਿਬ ਕੀਰਤਨ ਦਰਬਾਰ ਸਜਣਗੇ। ਇਹ ਅਸੀਂ ਆਪਣੇ ਪ੍ਰੋਗਰਾਮ ਸਾਰੇ ਭਾਰਤ ਸਰਕਾਰ ਨੂੰ ਦਿੱਤੇ ਆ। ਇਸ ਦੇ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ 25 ਜੂਨ ਨੂੰ ਸੋ ਕਿਉਂ ਮੰਦਾ ਆਖੀਏ ਚਿੱਤ ਜੰਮੇ ਰਾਜਾਨ ਦਾ ਇੱਕ ਸਾਡੀਆਂ ਬੀਬੀਆਂ ਵੱਲੋਂ ਭੈਣਾਂ ਵੱਲੋਂ ਇੱਕ ਬਹੁਤ ਸੁੰਦਰ ਪ੍ਰੋਗਰਾਮ ਬਣਾਇਆ ਗਿਆ ਹੈ, ਜੋ ਅਸੀਂ ਦਿੱਲੀ ਦੇ ਕਨਵੈਨਸ਼ਨ ਸੈਂਟਰ 'ਚ ਇੱਥੇ NDMC ਕਨਵੈਨਸ਼ਨ ਸੈਂਟਰ 'ਚ ਕਰਾਵਾਂਗੇ। ਪਹਿਲਾ ਪ੍ਰੋਗਰਾਮ ਸਾਡਾ 25 ਤਰੀਕ ਨੂੰ ਇਹ ਪ੍ਰੋਗਰਾਮ ਹੋਊਗਾ। ਨਾਲ ਹੀ 24 ਤਰੀਕ ਨੂੰ ਮਾਸਟਰ ਤਾਰਾ ਸਿੰਘ ਜੀ ਦੀ 135ਵੀਂ ਵਰੇਗਾਂ ਨੂੰ ਜਨਮ ਦਿਵਸ ਆ ਰਿਹਾ ਹੈ, ਜਿਨ੍ਹਾਂ ਨੇ ਦੇਸ਼ ਵਾਸਤੇ ਜੋ ਉਹਨਾਂ ਦਾ ਕੰਟਰੀਬਿਊਸ਼ਨ ਸੀ ਇਸ ਦੇਸ਼ ਦੀ ਆਜ਼ਾਦੀ ਵਾਸਤੇ, ਉਹਦਾ ਕੋਈ ਸਾਨੀ ਅਨਪੈਰਲਲ ਕੰਟਰੀਬਿਊਸ਼ਨ ਟੂਵਰਡਸ ਦੀ ਇੰਡੀਪੈਂਡੈਂਸ ਆਫ ਦਿਸ ਨੇਸ਼ਨ। ਮਾਸਟਰ ਤਾਰਾ ਸਿੰਘ ਜੀ ਦਾ ਕਾਰਨ ਹੀ ਇਹ ਪੰਜਾਬ ਮਿਲਿਆ ਔਰ ਬੰਗਾਲ ਮਿਲਿਆ। ਮੈਨੂੰ ਯਾਦ ਆ ਹਿੰਦੁਸਤਾਨ ਟਾਈਮਸ ਨੇ ਫਰੰਟ ਪੇਜ ਉੱਤੇ ਅੱਜ ਤੋਂ 2 ਸਾਲ ਪਹਿਲਾਂ ਸਟੋਰੀ ਕਵਰ ਕੀਤੀ ਸੀ ਔਰ ਉਸ ਵੇਲੇ ਦੀ ਸਟੋਰੀ ਨੂੰ ਲਿਖਦੇ ਹੋਏ ਕਿਹਾ ਸੀਗਾ, ਅ ਮੈਨ ਵਿਦ ਸਵਰਡ, ਇੱਕ ਆਦਮੀ ਜਿਹਦੇ ਅੱਜ ਕਿਰਪਾਨ ਸੀ, ਅ ਮੈਨ ਵਿਦ ਸਵਰਡ ਹੂ ਸੇਵਡ ਬੰਗਾਲ ਐਂਡ ਪੰਜਾਬ। ਔਰ ਇੰਡੀਆ ਦਾ ਨਕਸ਼ਾ ਜਿਹੜਾ ਸੀ ਮਾਸਟਰ ਤਾਰਾ ਸਿੰਘ ਜੀ ਦੇ ਕਾਰਨ ਇਹ ਬਣਿਆ। ਉਹਨਾਂ ਨੂੰ ਯਾਦ ਕਰਨਾ ਦੇਸ਼ 'ਚ ਲੋਕਾਂ ਦਾ ਫਰਜ਼ ਬਣਦਾ। ਅਸੀਂ ਬਹੁਤ ਵੱਡਾ ਪ੍ਰੋਗਰਾਮ NDMC ਕਨਵੈਨਸ਼ਨ ਸੈਂਟਰ 24 ਤਰੀਕ ਨੂੰ ਮਨਾਉਣ ਜਾ ਰਹੇ ਹਾਂ। 14 ਤਰੀਕ ਨੂੰ ਇੱਕ ਵੱਡਾ ਬਲੱਡ ਕੈਂਪ ਲਗਾਇਆ ਜਾਏਗਾ, ਜਿਹੜਾ 550 ਯੂਨਿਟ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਇਸ ਪ੍ਰੋਗਰਾਮ ਨੂੰ ਸਮਰਪਿਤ ਪ੍ਰਕਾਸ਼ਮਈ ਸਾਹਿਬ ਅੰਦਰ ਲੱਗੇਗਾ ਔਰ ਅਲੱਗ ਅਲੱਗ ਦਿੱਲੀ ਤੋਂ 550 ਪ੍ਰਾਣੀ ਜਿਹੜੇ ਨੇ ਇਸ ਦੇ ਅੰਦਰ ਆਪਣਾ ਖੂਨ ਦੇ ਕੇ ਬਲੱਡ ਕੈਂਪ ਦੇ ਵਿੱਚ ਯੋਗਦਾਨ ਪਾਉਣਗੇ। 7 ਸਪਤੰਬਰ ਨੂੰ IP ਸਟੇਡੀਅਮ ਦਿੱਲੀ ਦੇ ਅੰਦਰ ਇੱਕ ਬਹੁਤ ਵੱਡਾ ਸਮਾਗਮ ਕਰਾਇਆ ਜਾ ਰਿਹਾ, ਜਿਸ 'ਚ ਵਿਸ਼ੇਸ਼ ਤੌਰ 'ਤੇ ਜਿਹਦੀ ਖਾਸੀਅਤ ਰਹੇਗੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ 1100 ਬੱਚੇ ਉਸ ਦਿਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਇਸ ਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਔਰ ਉਸ ਦੇ ਨਾਲ ਹੀ ਇੱਕ ਬਹੁਤ ਬਿਹਤਰੀਨ ਲੇਜ਼ਰ ਸ਼ੋਅ ਦਾ ਪ੍ਰੋਗਰਾਮ ਵੀ, ਜੋ ਹੁਣ ਤੱਕ ਦਾ ਅਦਭੁਤ ਹੋਊਗਾ, ਐਸਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਏਗੀ ਜਿਹੜਾ ਦੁਨੀਆ ਨੂੰ ਹਸ਼ ਹਸ਼ ਕਰਨ ਨੂੰ ਮਜਬੂਰ ਕਰ ਦੂਗਾ। ਸਾਡਾ 6 ਅਕਤੂਬਰ ਨੂੰ 550 ਬਾਈਕ ਦੀ ਰਾਈਡ ਜਾਏਗੀ, ਗੁਰੂ ਨਾਨਕ ਨਾਮ ਲੇਵਾ ਸੰਗਤ ਪ੍ਰੋਪਰ, ਜੋ ਸਾਡਾ ਥੀਮ ਬਣਿਆ ਹੈ 550 ਸਾਲਾ, ਉਸੇ ਨੀਲੇ ਔਰ ਕੇਸਰੀ ਆਪਣੀ ਪੋਸ਼ਾਕ ਅੰਦਰ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਅੰਦਰ ਇਹ 550 ਬਾਈਕ ਰਾਈਡ ਜਿਹੜੀ ਆ ਇਹ ਦਿੱਲੀ ਤੋਂ ਰਵਾਨਾ ਹੋਊਗੀ ਔਰ ਪੰਜਾਬ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ, ਜਾਂ ਅੱਜ ਇਸ 'ਤੇ ਵਿਚਾਰ ਹੋ ਰਿਹਾ, ਪਟਿਆਲੇ 'ਚ 2 ਹੋਰ ਸਥਾਨ ਨੇ ਉਹਨਾਂ 'ਚ ਜਾਣ ਦੀ ਇਹਦੇ ਵਿਚਾਰ ਚੱਲ ਰਿਹਾ, ਲੇਕਿਨ ਇਹ ਰਾਈਡ ਜਾਏਗੀ, ਇਹ ਤੈਅ ਆ 6 ਤਰੀਕ ਨੂੰ ਜਾਏਗੀ।
बाकी अजे थोड़ा बहुत प्रोग्राम चेंज हो सकती है। 12 अक्टूबर नूं इंडिया गेट विखे 550 कीर्तनीय जत्थे जिहड़े ने ओह गुरु नानक देव पातशाह जी की बाणी दे उत्ते कीर्तन, एक ऐसा अद्भुत प्रोग्राम जिहड़ा राष्ट्रपति भवन और इंडिया गेट के विच उस दे इंडिया गेट के लॉन्च के अंदर एक ऐसा प्रोग्राम किया जा रहा है जिहड़ा अज तक पहला कभी ना कल्पना की ना होया। यह भी गुरु नानक देव पातशाह जी को समर्पित 550 कीर्तन कीर्तन उच्चारण करेंगे। 19 अक्टूबर को सेंट्रल पार्क अंदर दुनिया के देश के नहीं दुनिया के बेहतरीन कवि सम्मेलन कवियों को बुला के दुनिया के चाहे वह पाकिस्तान चो चाहे विदेशों चो दुनिया के बेस्ट कवि जोड़े ने उन्होंने बुला के सेंट्रल पार्क कनॉट प्लेस अंदर 19 तरीक न कवि सम्मेलन कराया जाएगा। यह भी गुरु नानक देव पातशाह जी के जीवन काल के उत्ते इस दे नाल ही दिल्ली के पूरे दिल्ली के स्कूलों जोड़न वास्ते वड्डे इनाम रख के पेंटिंग कंपीटीशन क्विज कंपीटीशन डेक्लेमेशन कंपीटीशन ये सारे ऐसे तरह के इस तरह के कंपीटीशन कराए जाएंगे जिदे नाल असी नौजवान बच्चों गुरु नानक देव महाराज जी के इस सिद्धांत नाल जोड़ सकीए। ये बच्चे हर रीजन तो हर फेज ऑफ लाइफ तो होंगे और जिन्हें भी असी प्रोग्राम कर रहे हैं जिहड़ा कीर्तन उहदे अंदर भी साढ़े स्कूल के बच्चे जिहड़े कीर्तन जिहड़ा राखी सिंह आउण कीता जाएगा उहदे अंदर दिल्ली तो और देश के राखी सिंह नाल होणगे। सो साडी कोशिश यह आ कि असी इसकी शमूलियत जिहड़ी आ पूरे देश नूं नाल जोड़न दा काम करिए। यह साढ़े वो सारे प्रोग्राम ने जो दिल्ली सिख गुरद्वारा मैनेजमेंट कमेटी दिल्ली च करन जा रही है। इस दे नाल नाल दिल्ली सिख गुरद्वारा मैनेजमेंट कमेटी करतारपुर के लांघे ते अपनी सराह के वास्ते साडी कोशिश आ कि अगले महीने असीं उहदा नींह पत्थर रखीए जगह लैण वास्ते। साडी टीम ने फाइनल ऑलमोस्ट कीती आ, असीं 3-4 दिनां दे अंदर उह जगह नूं खरीद के और उत्थे असीं देश की संगत वास्ते एक बहुत ही बेहतरीन सराह बनाने जा रहे हैं ताकि जेड़े करतारपुर के लांघे के उत्ते करतारपुर साहब गुरद्वारा साहब के दर्शन कर जान उन्होंने रहने की सहूलियत हो और उसको बेस्ट इंफ्रास्ट्रक्चर प्रोवाइड होंदा हो असी ये भी जल्द काम साड़ा शुरू हो जाएगा। 30 अक्टूबर असी एक वड्डा होर प्रोग्राम कर जा रहे हैं जिदे अंदर सेवा ट्रस्ट इन्हों नाल लेके सहज पाठता की समाप्ति की जा रही है जिन्होंने अमृत ऑलरेडी हो चुकी जिन्हों की और तकरीबन ऐसे 5-6 हज़ार प्राणियों नू ये सहज पाठ की लड़ी के नाल जोड़िया जा रहा। हालांकि इस लड़ी के नाल बहुत सारे लोग जुड़ चुके हैं पर रकाबगंज साहब के इस मेन लखी शाह पंजौरा हॉल के अंदर तकरीबन 6 हज़ार प्राणियों को इस मुहिम नाल जोड़िया जाएगा। यह प्रोग्राम ने जिहड़े अज्ज असीं उड़ीके ने इहदे नाल दिल्ली सिख गुरद्वारा मैनेजमेंट कमेटी गुरु नानक देव पातशाह जी के इन्हां सारे समागमों की गुरु नानक देव पातशाह जी की जीवनकाल उन्हां दी लाइफ एंड जर्नी उन्हां दीआं उदासियां उन्हां दे सिद्धांत औरत के प्रति जो उन्होंने इस समाज को जागृत किया दबे कुचले लोगों के वास्ते जो सानू जागृत किया भेदभाव खत्म करने की गल की ये सारिया चीज़ों का प्रचार और प्रसार होवे ये वास्ते भी अज लंबिया ये डिस्कशन हुई बहुत सारे आने वाले दिनों अंदर असी टीवी चैनल अखबार डिजिटल मीडिया प्लेटफॉर्म्स जिन्हें भी अवेलेबल ने साड़ी कोशिश आ कि सारिआं नाल ही रास्ता कायम करके उन्होंने गलबात करके ज़्यादा तो ज़्यादा यदा प्रचार और प्रसार गुरु नानक देव पातशाह जी के 550 साल से किया जा सके। मुख्य तौर पर साढ़े प्रोग्राम ने आने वाले दिनों के अंदर होर भी इस तरह के प्रोग्राम उलीके जाएंगे। साड़ी कोशिश यह है कि दिल्ली में पूरे का पूरा जो 550 साल दिन असं मना रहे होइए असी यह भी एक कंपेन करने की कोशिश कर रहे हैं कि दिल्ली दिन एडवरटाइजमेंट एजेंसीज ने उन्होंने संपर्क साध के
ਘੱਟੋ ਘੱਟ 11 ਔਰ 12 ਦੋ ਦਿਨ ਐਸੇ ਹੋਣ ਜਦੋਂ ਅਸੀਂ ਦਿੱਲੀ ਦੇ ਮੈਕਸੀਮਮ ਹੋਰਡਿੰਗਸ ਨੂੰ ਵੀ ਲੈ ਸਕੀਏ ਔਰ ਦਿੱਲੀ ਜਿਹੜੀ ਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਇਸ ਰੰਗ 'ਚ ਰੰਗੀ ਦਿਖਾਈ ਦੇਵੇ ਇਹ ਸਾਰੀ ਪੂਰੀ ਕੋਸ਼ਿਸ਼ ਰਹੂਗੀ। ਨਾਲ ਹੀ ਇਸ ਮਹੀਨੇ ਅੰਦਰ ਅਸੀਂ ਆਪਣਾ ਸਿੱਕਾ ਜਿਹੜਾ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਸਮਰਪਿਤ ਇਹ ਅਸੀਂ ਕੋਇਨ ਆਪਣਾ ਸਿੱਕਾ ਬਣਾਇਆ ਜਿਹੜਾ MMTC ਤੋਂ ਗੋਲਡ ਪਲੇਟਿਡ ਔਰ ਸਿਲਵਰ ਸਾਡਾ ਸਿੱਕਾ ਹੈ। ਇਹ ਕਮੋਮੋਰੇਟਿਵ ਕੋਇਨ ਜਿਹੜਾ ਹੈ ਇਹ ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਅਸੀਂ ਬੇਨਤੀ ਕੀਤੀ ਆ ਉਹ ਸਾਨੂੰ ਇੱਕ ਦੋ ਦਿਨਾਂ 'ਚ ਟਾਈਮ ਦੇਣਗੇ ਉਹ ਜਿਸ ਦਿਨ ਟਾਈਮ ਦੇਣਗੇ ਉਹ ਅਸੀਂ ਸਿੱਕਾ ਉਹਨਾਂ ਤੋਂ ਲਾਂਚ ਕਰਾਉਣ ਤੋਂ ਬਾਅਦ ਫਿਰ ਅਸੀਂ ਇਹ ਹਰ ਜਗ੍ਹਾ 'ਤੇ ਸਿੱਕਾ ਅਵੇਲੇਬਲ ਰਹੇਗਾ। ਸਿੱਕਾ ਸਾਡੇ ਕੋਲ ਬਣ ਕੇ ਆ ਚੁੱਕਿਆ ਹੈ ਪਰ ਅਸੀਂ ਫੋਰਮਲ ਇਨੋਵੇਸ਼ਨ ਫੋਰਮਲ ਜਿਹੜਾ ਪ੍ਰੋਗਰਾਮ ਕਰਾਉਣਾ ਚਾਹੁੰਦੇ ਹਾਂ ਉਹ ਅਸੀਂ 2-4 ਦਿਨਾਂ 'ਚ ਤੁਹਾਨੂੰ ਡੇਟ ਤੈਅ ਕਰਾਂਗੇ। ਇਹ ਸਾਡੇ ਮੁੱਖ ਤੌਰ 'ਤੇ ਆਉਣ ਵਾਲੇ ਦਿਨਾਂ 'ਚ ਪ੍ਰੋਗਰਾਮ ਰਹਿਣ ਵਾਲੇ ਆ। ਧੰਨਵਾਦ ਜੀ। ਸ਼ਿਲੌਂਗ 'ਤੇ ਮੈਂ ਅਸੀਂ ਹੁਣੇ ਬੜੀ ਵਿਚਾਰ ਕੀਤੀ ਆ। ਸ਼ਿਲੌਂਗ ਦੀ ਘਟਨਾਕ੍ਰਮ ਬੜੀ ਹੀ ਇੱਕ ਸ਼ਰਮਨਾਕ ਆ ਪੂਰੇ ਦੇਸ਼ ਵਾਸਤੇ। ਜਿਹੜੀ ਉੱਥੋਂ ਦੀ ਇੱਕ ਹਾਰਟ ਲਾਈਨਰਸ ਦੀ ਇੱਕ ਸੰਸਥਾ ਹੈ ਜਿਸਨੇ ਉੱਥੇ ਰਹਿ ਰਹੇ ਸਾਡੇ ਪੰਜਾਬੀਆਂ ਨੂੰ ਇਹ ਧਮਕੀ ਦਿੱਤੀ ਆ, ਮੈਂ ਉਹ ਲਾਈਨ ਤੁਹਾਨੂੰ ਪੜ੍ਹ ਦੇਵਾਂ, ਬੜੀ ਇੰਪੋਰਟੈਂਟ ਲਾਈਨ ਆ। ਜਿਹੜੀ HNLC ਜਿਹੜੀ ਉੱਥੋਂ ਦੀ ਇੱਕ ਹਾਰਟ ਲਾਈਨਰਸ ਸੰਸਥਾ ਹੈ ਉਹਨਾਂ ਨੇ ਜੋ ਕਿਹਾ ਮੈਂ ਤੁਹਾਨੂੰ ਐਗਜੈਕਟ ਵਰਡ ਪੜ੍ਹਦੇ ਹਾਂ। ਉਹਨਾਂ ਨੇ ਕਿਹਾ ਦਿਸ ਇਜ਼ ਨੋਟ ਓਨਲੀ ਅ ਵਾਰਨਿੰਗ ਵੈਨ ਇਟ ਕਮਸ ਟੂ ਪ੍ਰੋਟੈਕਟ ਦੀ ਇੰਟਰਸਟ ਆਫ ਪੀਪਲ ਦੇ ਸ਼ਲ ਪ੍ਰੈਸ ਦੀ ਟ੍ਰਿਗਰ ਐਂਡ ਦੇਅਰ ਪੀਪਲ ਵਿਲ ਫਾਲ ਟੂ ਆਵਰ ਬੁਲੇਟਸ। ਸਾਡੀਆਂ ਗੋਲੀਆਂ ਦੇ ਉਹ ਲੋਕ ਸ਼ਿਕਾਰ ਹੋਣਗੇ। ਦੂਜੀ ਗੱਲ, ਦੇ ਮੇ ਰਿਮੇਨ ਅੰਡਰ ਦੀ ਪ੍ਰੋਟੈਕਸ਼ਨ ਆਫ ਸਿਕਿਉਰਿਟੀ ਫੋਰਸਿਸ ਇਨ ਸ਼ਿਲੌਂਗ। ਉਹ ਸ਼ਿਲੌਂਗ ਤੇ ਸਿਕਿਉਰਿਟੀ ਫੋਰਸਿਸ ਦੀ ਪ੍ਰੋਟੈਕਸ਼ਨ 'ਚ ਰਹਿ ਸਕਦੇ ਨੇ ਬਟ ਦੇ ਸ਼ੁੱਡ ਨੋਟ ਫੋਰਗੈਟ ਦੇਅਰ ਕਮਿਊਨਿਟੀ ਇਜ਼ ਪ੍ਰੈਜੈਂਟ ਇਨ ਖਾਸੀ ਐਂਡ ਜਨਤਾ ਹਿਲਸ। ਇਫ ਦੇ ਪ੍ਰੋਵੋਕਡ ਵੀ ਵਿਲ ਨੋਟ ਕੰਪੈਲ ਅਟੈਕ ਦੇਅਰ ਕਮਿਊਨਿਟੀ ਵਿਦਆਊਟ ਫੇਲ ਵੀ ਵਿਲ ਬੀ ਕੰਪੈਲ ਟੂ ਅਟੈਕ ਦੇਅਰ ਦੈਨ ਦਾ ਹਰੀਜਨ ਪੰਚਾਇਤ ਕਮੇਟੀ ਵਿਲ ਸ਼ੋਲਡਰ ਰਿਸਪੋਂਸੀਬਿਲਟੀ ਐਨੀ ਲਾਈਫਸ ਆਰ ਲੋਸਟ। ਬੰਦੇ ਮਰਨਗੇ, ਇਹਦੀ ਜ਼ਿੰਮੇਵਾਰੀ ਪੰਜਾਬੀ ਬਸਤੀ 'ਚ ਰਹਿਣ ਵਾਲੇ ਹਰੀਜਨ ਕਮਿਊਨਿਟੀ ਦੀ ਹੋਊਗੀ। ਇਸ ਤਰ੍ਹਾਂ ਦੀ ਇਹ ਧਮਕੀ ਜਿਹੜੀ ਦਿੱਤੀ ਗਈ ਆ ਇਹ ਬੜੀ ਸ਼ਰਮਨਾਕ ਆ। ਅਸੀਂ ਉੱਥੋਂ ਦੇ ਮੁੱਖ ਮੰਤਰੀ ਨਾਲ ਸੰਪਰਕ ਸਾਧ ਰਹੇ ਹਾਂ। ਪਰਸੋਂ ਸਾਡਾ ਇਹ ਡੈਲੀਗੇਸ਼ਨ ਇੱਕ ਜਾਏਗਾ ਜਿਹੜਾ ਜਾ ਕੇ ਦੁਬਾਰਾ ਸਰਕਾਰ ਨਾਲ ਆਪਣਾ ਰਾਸਤਾ ਕਾਇਮ ਕਰੇਗਾ। ਸਰਦਾਰ ਗੁਰਜੀਤ ਸਿੰਘ ਜੀ ਜਿਹੜੇ ਸਾਡੇ ਉਸ ਹਰੀਜਨ ਪੰਚਾਇਤ ਦੇ ਮੁਖੀ ਨੇ ਔਰ ਸਾਡੇ ਸੰਪਰਕ ਅੰਦਰ ਨੇ, ਜਿਨ੍ਹਾਂ ਦੇ ਨਾਲ ਜਿਹੜੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਾਰੇ ਕੇਸ ਲੜ ਰਹੀ ਸੀ, ਉਹਨਾਂ ਨੂੰ ਅਸੀਂ ਆਸ਼ਵਾਸਨ ਦਵਾਇਆ ਹੋਏ ਦੇਸ਼ ਔਰ ਦੁਨੀਆਂ ਦੇ ਸਾਰੇ ਸਿੱਖ ਤੁਹਾਡੇ ਨਾਲ ਨੇ, ਕਿਸੇ ਦੀ ਜ਼ਰੂਰਤ ਨਹੀਂ। ਜੇਕਰ ਉਹ ਸਾਨੂੰ ਧਮਕੀ ਦੇ ਸਕਦੇ ਆ ਤਾਂ ਉਹਨਾਂ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਆ, ਸਿੱਖਾਂ ਨੇ ਵੀ ਕੋਈ ਹੱਥ ਅੰਦਰ ਚੂੜੀਆਂ ਨਹੀਂ ਪਾਈਆਂ, ਅਸੀਂ ਵੀ ਉਹ ਕੌਮ ਨਹੀਂ ਕਿ ਅਸੀਂ ਕਿਸੇ ਜਾਤੀਆਂ ਨੂੰ ਬਰਦਾਸ਼ਤ ਕਰੀਏ। ਅਸੀਂ ਜ਼ੁਲਮ ਦਾ ਟਾਕਰਾ ਕਰਨ ਵਾਲੇ ਲੋਕ ਹਾਂ, ਦਬੇ ਕੁਚਲੇ ਲੋਕਾਂ ਨੂੰ ਬਚਾਉਣ ਵਾਲੇ, ਦਬੇ ਕੁਚਲੇ ਲੋਕਾਂ ਦੇ ਨਾਲ ਖੜ੍ਹੇ ਹੋਣ ਵਾਲੇ, ਕਿਸੇ ਅਬਲਾ ਅਤੇ ਹੋਰੇ ਅੱਤਿਆਚਾਰ ਦੇ ਖਿਲਾਫ਼ ਬੋਲਣ ਵਾਲੇ ਲੋਕ ਹਾਂ। ਪਰ ਇਹ ਨਹੀਂ ਕਿ ਜੇ ਕੋਈ ਸਾਨੂੰ ਧਮਕੀ ਦੇਵੇ ਤਾਂ ਅਸੀਂ ਚੁੱਪ ਰਵਾਂਗੇ। ਮੈਂ ਵੀ ਉਹਨਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਦੁਨੀਆਂ ਭਰ 'ਚ ਸਾਡੇ ਸਿੱਖਾਂ ਨੂੰ ਇਸ ਗੱਲ ਦੀ ਚਿੰਤਾ ਹੈ ਔਰ ਦੁਨੀਆਂ ਭਰ ਦੇ ਸਿੱਖਾਂ ਨੂੰ ਇਹ ਰਿਐਕਸ਼ਨ ਬੜਾ ਸ਼ਾਰਪ ਰਿਐਕਸ਼ਨ ਆ ਰਿਹਾ ਹੈ ਕਿ ਜੇਕਰ ਉਹਨਾਂ ਨੇ ਕੋਈ ਐਸੀ ਘਟਨਾਕ੍ਰਮ ਕਰਨ ਦੀ ਕੋਸ਼ਿਸ਼ ਕੀਤੀ ਉਹ ਤਾਂ ਕੇਵਲ ਔਰ ਕੇਵਲ ਮੇਘਾਲਿਆ ਤੱਕ ਸੀਮਿਤ ਆ, ਪਰ ਅਸੀਂ ਦੁਨੀਆਂ ਦੇ ਹਰ ਕੋਨੇ ਤੱਕ ਸੀਮਿਤ ਹਾਂ। ਸਾਡੀਆਂ ਸੀਮਾਵਾਂ ਉਹਨਾਂ ਦੀਆਂ ਸੀਮਾ ਤੋਂ ਬਹੁਤ ਵੱਡੀਆਂ ਨੇ। ਉਹ ਇਸ ਭੁਲੇਖੇ 'ਚ ਨਾ ਰਹਿਣ, ਇੱਟ ਦਾ ਜਵਾਬ ਪੱਥਰ ਦਾ ਜਵਾਬ ਇੱਟ ਨਾਲ ਦੇਣ ਅਸੀਂ ਵੀ ਜਾਣਦੇ ਹਾਂ, ਔਰ ਐਸਾ ਜਵਾਬ ਦੇਵਾਂਗੇ ਉਹ ਜ਼ਿੰਦਗੀ ਭੁੱਲ ਜਾਣਗੇ, ਕਦੀ ਦੁਬਾਰਾ ਕਦੀ ਕੋਸ਼ਿਸ਼ ਵੀ ਕਰਨਗੇ। ਮੈਂ ਉਹਨਾਂ ਨੂੰ ਇਹ ਵੀ ਯਾਦ ਕਰਾਉਣਾ ਚਾਹੁੰਦਾ ਹੈ ਉਹਨਾਂ ਨੇ 2006 'ਚ ਵੀ ਇਹ ਧਮਕੀ ਦਿੱਤੀ ਸੀ ਔਰ ਫਿਰ ਧਮਕੀ ਦਾ ਜੋ ਜਵਾਬ ਉਹਨਾਂ ਨੂੰ ਮਿਲਿਆ ਸੀਗਾ 11 ਸਾਲ ਹੋ ਗਏ, 12 ਸਾਲ ਦੁਬਾਰਾ ਬੋਲੇ ਨਹੀਂ ਅੱਜ ਤੱਕ। ਇਸ ਕਰਕੇ ਕੋਈ ਸਾਨੂੰ ਧਮਕਾਉਣ ਦੀ ਕੋਸ਼ਿਸ਼ ਨਾ ਕਰੇ, ਕੋਈ ਸਾਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੇ। ਅਸੀਂ ਆਪ ਕਿਸੇ ਦੇ ਖਿਲਾਫ਼ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੁੰਦੇ, ਪਰ ਸੁਣਦੇ ਵੀ ਆਦਿ ਨਹੀਂ ਹੈਗੇ। ਇਹ ਅਸੀਂ ਉੱਥੋਂ ਦੀ ਸਰਕਾਰ ਨੂੰ ਆਗਾਹ ਕਰਨਾ ਚਾਹੁੰਦੇ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।